ਤੇ ਸੰਤਾ ਜੀ ਇੱਕ ਗੱਲ ਦੱਸੋ ਕਿ ਇਹ ਜਿਹੜੇ ਕਬੱਡੀ ਪਲੇਅਰ ਨੇ ਇਹਨਾਂ ਨੂੰ ਡਾਈਟ ਤੇ ਬੜੀ ਵਧੀਆ ਮਿਲਦੀ ਹੋਏਗੀ ਕਿ ਨਾਨ ਵੈਜ ਵਗੈਰਾ ਸਾਰਾ ਵੀ ਮਿਲਦਾ ਹੈਗਾ ਅਜੇ ਸੈਂਕਸ਼ਨ ਤੇ ਬਹੁਤ ਵਧੀਆ ਡਾਈਟ ਹੁੰਦੀ ਹੈ ਇਹਨਾਂ ਨੂੰ ਬੱਕਰਾ ਅੱਛਾ ਪਨੀਰ ਅੱਛਾ ਪਰ ਇਹਨਾਂ ਤੋਂ ਉੱਤੋਂ ਚੱਲਦਾ ਬੱਕਰਾ ਪਹੁੰਚਦਾ ਇਹਨਾਂ ਤੱਕ ਅੰਡਾ ਹੀ ਹੈ ਤਵਾ ਨਾ ਲਾਈਓ ਮੈਂ ਆਪ ਦੇਖਿਆ ਇਹਨਾਂ ਨੂੰ ਨਾਨ ਵੈਜ ਖਾਂਦਿਆਂ ਮੁਰਗੀ ਮਰਗੀ ਖਾਂਦਿਆਂ ਮੈਂ ਆਪ ਦੇਖਿਆ ਮੁਰਗੀ ਖਾਂਦੇ ਦੇਖਿਆ ਫਿਰ ਉਦੋਂ ਬੱਕਰਾ ਮਿਲਿਆ ਹੋਣਾ ਤੇ ਮੁਰਗੀ ਪਹੁੰਚੀ ਹੋਣੀ ਇਹਨਾਂ ਤੱਕ ਤਾਂ ਇਹ ਗੱਲ ਤਾਂ ਚਲੋ ਹਾਸੇ ਨਾਲ ਹਾਸਾ ਰਿਹਾ ਪਰ ਮੁਰਗੀ ਖਾਣੀ ਨਹੀਂ ਚਾਹੀਦੀ ਮੁਰਗੀ ਖਾਣੀ ਨਹੀਂ ਚਾਹੀਦੀ ਨਾਨ ਵੈਜ ਦੀ ਮੈਨੂੰ ਗੱਲ ਸਮਝ ਨਹੀਂ ਆਈ ਮੁਰਗੀ ਤੇ ਨਾਨ ਵੈਜ 'ਚ ਕੀ ਫਰਕ ਹੋਇਆ ਜੀ ਭਾਜੀ ਮੁਰਗੀ ਦਾ ਮੈਂ ਇਸ ਕਰਕੇ ਕਹਿ ਰਿਹਾ ਇੱਕ ਬੜੀ ਛੋਟੀ ਜਿਹੀ ਗੱਲ ਆ ਜੋ ਅਸੀਂ ਇਸ ਜਨਮ ਖਾਂਦੇ ਹਾਂ ਅਗਲੇ ਜਨਮ ਉਹ ਹੀ ਬਣਦੇ ਜਿਹਦਾ ਤੁਸੀਂ ਕਹਿੰਦਾ ਡੱਡੂ ਅਗਲੇ ਜਨਮ ਡੱਡੂ ਬਣੋਗੇ ਜੇ ਤੁਸੀਂ ਸੂਰ ਖਾਓਗੇ ਤੁਸੀਂ ਅਗਲੇ ਜਨਮ ਸੂਰ ਬਣੋਗੇ ਜੇ ਤੁਸੀਂ ਕਹਿੰਦੇ ਮੁਰਗੀ ਅਗਲੇ ਜਨਮ ਮੁਰਗੀ ਬਣੋਗੇ ਮੁਰਗੀ ਮੈਂ ਬਣਨਾ ਨਹੀਂ ਚਾਹੁੰਦਾ ਇੱਕ ਗੱਲ ਦੱਸੋ ਤੁਸੀਂ ਇਸ ਜਨਮ 'ਚ ਬੱਕਰਾ ਖਾ ਕੇ ਅਗਲੇ ਜਨਮ 'ਚ ਬੱਕਰਾ ਬਣਨ ਲਈ ਤਿਆਰ ਹੋ ਤੇ ਇਹ ਮੁਰਗੀ ਖਾ ਕੇ ਮੁਰਗੀ ਬਣਨ 'ਚ ਕੀ ਆ ਜੇ ਮੁਰਗੀ ਬਣ ਕੇ ਹੱਥ ਤੇ ਕੋਈ ਨੀ ਉਹ ਸਵੇਰੇ ਸਵੇਰੇ ਉੱਠ ਕੇ ਜਿਹੜਾ ਅੰਡਾ ਦੇਣਾ ਪੈਂਦਾ ਨਾ ਉਹ ਹੀ ਆਪਣੇ ਕੋਲ